ਇਸ ਵੇਲੇ ਦੀ ਬਹੁਤ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੀ ਹਾਂ। ਜਿਨ੍ਹਾਂ ਲੋਕਾਂ ਵੱਲੋਂ ਘਰਾਂ ਤੋਂ ਬਾਹਰ ਨਜਾਇਜ਼ ਕਬਜ਼ੇ ਕੀਤੇ ਹੋਏ ਸੀ, ਉਹਨਾਂ ਦੇ ਉੱਤੇ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਨਿਊ ਅੰਮ੍ਰਿਤਸਰ ਦੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ। ਦੱਸ ਦਿੰਦੇ ਕਿ ਕਈ ਲੋਕਾਂ ਵੱਲੋਂ ਆਪਣੇ ਘਰਾਂ ਦੇ ਬਾਹਰ ਨਜਾਇਜ਼ ਤੌਰ 'ਤੇ ਪਾਰਕਾਂ ਅਤੇ ਹੋਰ ਕਈ ਤਰੀਕੇ ਦੇ ਕਬਜ਼ੇ ਕੀਤੇ ਹੋਏ ਸੀ, ਜਿੱਥੇ ਕਿ ਮਾਣਯੋਗ ਕੋਰਟ ਦੇ ਹੁਕਮਾਂ ਦੇ ਮੁਤਾਬਕ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਕਈ ਦਿਨਾਂ ਤੋਂ ਇਹਨਾਂ ਲੋਕਾਂ ਨੂੰ ਨਜਾਇਜ਼ ਕਬਜ਼ੇ ਹਟਾਉਣ ਵਾਸਤੇ ਕਿਹਾ ਗਿਆ ਸੀ, ਪਰ ਅਜੇ ਤੱਕ ਇਹ ਨਹੀਂ ਹਟਾਏ ਸੀ, ਜਿੱਥੇ ਕਿ ਮਾਣਯੋਗ ਕੋਰਟ ਨੇ ਹੁਕਮ ਦਿੱਤੇ ਨੇ, ਜਿਸ ਤੋਂ ਬਾਅਦ ਜੇਸੀ ਮਸ਼ੀਨਾਂ ਦੇ ਨਾਲ ਇਹਨਾਂ ਨਜਾਇਜ਼ ਕਬਜ਼ਿਆਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ। ਦੂਜੇ ਪਾਸੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਵੱਲੋਂ ਕਿਹਾ ਗਿਆ ਕਿ ਸਾਡੇ ਘਰਾਂ ਦੇ ਬਾਹਰ ਪ੍ਰਸ਼ਾਸਨ ਨੇ ਨਜਾਇਜ਼ ਕਾਰਵਾਈ ਕੀਤੀ ਗਈ ਹੈ, ਅਸੀਂ ਕੋਰਟ ਦੇ ਵਿੱਚ ਜਾਣਾ ਸੀ, ਸਟੇਅ ਲੈਣੀ ਸੀ, ਪਰ ਉਸ ਤੋਂ ਪਹਿਲਾਂ ਹੀ ਜਿਹੜੀ ਇਹ ਕਾਰਵਾਈ ਕਰ ਦਿੱਤੀ ਗਈ ਹੈ। ਇਸ ਮੌਕੇ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਨ੍ਹਾਂ ਲੋਕਾਂ ਨੇ ਪੋਰਸ਼ ਏਰੀਏ ਦੇ ਵਿੱਚ ਪਾਰਕਾਂ ਜਿਹੜੀਆਂ ਨਜਾਇਜ਼ ਤੌਰ 'ਤੇ ਆਪਣੇ ਘਰਾਂ ਤੋਂ ਬਾਹਰ ਬਣਾਈਆਂ ਹੋਈਆਂ ਸੀ, ਜਾਂ ਫਿਰ ਆਪਣੇ ਘਰਾਂ ਤੋਂ ਬਾਹਰ ਨਜਾਇਜ਼ ਤੌਰ 'ਤੇ ਗੇਟ ਜਿਹੜੇ ਕੱਢੇ ਹੋਏ ਸੀ, ਉਹਨਾਂ ਦੇ ਉੱਤੇ ਵੱਡੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਵੱਡੇ ਵੱਡੇ ਹਥੌੜਿਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਤੋੜੇ ਜਾ ਰਹੇ ਨੇ ਨਜਾਇਜ਼ ਕਬਜ਼ੇ। ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ, ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਅਤੇ ਨਾਲ ਦੀ ਆਪਣੇ ਕਮੈਂਟ ਜ਼ਰੂਰ ਕਰ ਦਿਓ। ਮਾਨਯੋਗ ਹਾਈ ਕੋਰਟ ਦੇ ਹੁਕਮ ਅਨੁਸਾਰ ਇੱਥੇ ਜਿਹੜੀ ਗ੍ਰੀਨ ਬੈਲਟ 'ਚ ਇਨਕਰੋਚਮੈਂਟ ਹੋਈ ਸੀਗੀ, ਉਹਨੂੰ ਹਟਾਉਣ ਵਾਸਤੇ ਇੱਥੇ ਸਾਡੀ ਪੁਲਿਸ ਪ੍ਰੋਟੈਕਸ਼ਨ ਲੱਗੀ ਹੋਈ ਹੈ ਜੀ। ਬਿਲਕੁਲ ਪੀਸਫੁਲੀ ਚੱਲ ਰਿਹਾ। ਹਾਂਜੀ, ਮੈਂ ਸ਼ਾਨੀ ਸ਼ਰਮਾ, ਮੈਂ ਮਹਿਲਾ ਕਾਂਗਰਸ ਦੀ ਜ਼ਿਲ੍ਹੇ ਦੀ ਪ੍ਰਧਾਨ ਆ। ਅੱਜ ਜਿਹੜਾ ਇਹ ਟਰੱਸਟ ਵੱਲੋਂ ਹੁੰਦਾ ਪਿਆ, ਨਾ ਤੇ ਇਹਨਾਂ ਨੇ ਏ ਬਲੋਕ ਤੋਂ ਇੱਕ ਨੰਬਰ ਤੋਂ ਸ਼ੁਰੂ ਕੀਤਾ, ਨਾ ਬੀ ਬਲੋਕ ਦੇ ਇੱਕ ਨੰਬਰ ਤੋਂ। ਇਹਨਾਂ ਨੇ ਉਸ ਬਲੋਕ ਤੋਂ ਸ਼ੁਰੂ ਕੀਤਾ ਜਿਸ ਬਲੋਕ 'ਚ ਮੇਰੀ ਰਿਹਾਈ ਸੀ, ਜਦਕਿ ਮੇਰੇ ਪਾਸੇ ਵੇਖੋਗੇ ਤੁਸੀਂ ਇੱਕ ਵਾਰੀ ਕੈਮਰਾ ਘੁਮਾ ਕੇ, ਕਿਸੇ ਨੇ ਗ੍ਰਿਲ ਬਾਹਰ ਦੀ ਲਗਾਈ ਹੋਈ, ਕਿਆਰੀਆਂ ਬਣਾਈਆਂ ਹੋਈਆਂ ਵਾ, ਗ੍ਰੀਨ ਪੇੜ ਪੌਦੇ ਲਗਾਏ ਹੋਏ ਆ, ਉਹਨਾਂ ਨੂੰ ਵੀ ਜਾਣ ਬੁੱਝ ਕੇ ਢਾਇਆ ਗਿਆ ਕਿ ਇਹਨਾਂ ਨੂੰ ਇਹ ਐਂਟੀ ਪਾਰਟੀ ਮਿਸ਼ਨ ਚਾਲੂ ਕੀਤਾ ਹੋਇਆ ਵਾ। ਜੀਵਨ ਜੋ ਉਹਨੇ ਵੋਟਾਂ ਤੇ ਲੋਕਾਂ ਕੋਲ ਲੈ ਲਈਆਂ, ਪਰ ਅੱਜ ਲੋਕਾਂ ਨਾਲ ਆ ਕੇ ਖੜੀ ਨਹੀਂ ਹੋ ਰਹੀ ਕਿਤੇ ਵੀ, ਔਰ ਇਹਨਾਂ ਦੇ ਨੁਮਾਇੰਦੇ ਜਿਹੜੇ ਆਪਣੇ ਨੂੰ ਆਮ ਆਦਮੀ ਦੇ ਨੁਮਾਇੰਦੇ ਕਹਿੰਦੇ, ਉਹ ਵੀ ਅੱਜ ਆਪਣੇ ਘਰਾਂ ਦੇ ਵਿੱਚ ਲੁਕ ਕੇ ਬੈਠੇ ਨੇ, ਉਹ ਵੀ ਨਹੀਂ ਬਾਹਰ ਆ ਰਹੇ। ਕਾਰਨ ਇਸ ਸਮੇਂ ਜਿਨ੍ਹਾਂ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਸੀ, ਉਹਦੇ ਨਾਲ ਨਾਲ ਕਹਿੰਦੇ ਆਟੇ ਨਾਲ ਘੁਣ ਪੀਸਿਆ ਵਾ, ਇਹ ਉਹੀ ਹਾਲ ਹੈ ਕਿ ਆਟੇ ਨਾਲ ਘੁਣ ਪੀਸ ਗਿਆ ਵਾ, ਹੋਰ ਕੁਛ ਨਹੀਂ ਹੋਇਆ, ਇਹ ਲੋਕਾਂ ਦਾ ਨਜਾਇਜ਼ ਧੱਕਾ ਹੋ ਰਿਹਾ। ਤੁਹਾਨੂੰ ਪਹਿਲੇ ਕੋਈ ਨੋਟਿਸ ਭੇਜਿਆ ਗਿਆ? ਸਰ, ਨੋਟਿਸ ਭੇਜਿਆ ਗਿਆ ਸੀ, ਅਸੀਂ ਉਦੋਂ ਕੋਰਟ 'ਚ ਜਾਣ ਲੱਗੇ ਸੀ, ਜੀਵਨ ਜੋਤ ਨੇ ਵੀਡੀਓ ਕਾਲ ਕਰਕੇ ਲੋਕਾਂ ਨੂੰ ਕਿਹਾ, 100-150 ਬੰਦੇ ਦੀ ਮੀਟਿੰਗ ਸੀ ਕਿ ਤੁਹਾਨੂੰ ਕਿਸੇ ਨੂੰ ਕੋਈ ਪੈਸਾ ਖਰਚਣ ਦੀ ਲੋੜ ਨਹੀਂ, ਕਿਸੇ ਨੂੰ ਕੋਰਟ 'ਚ ਜਾਣ ਦੀ ਲੋੜ ਨਹੀਂ, ਮੈਂ ਖੜੀ ਹਾਂ ਇੱਥੇ ਤੁਹਾਡੀ, ਮੈਂ ਇੱਕ ਇੱਟ ਨਹੀਂ ਹਿੱਲਣ ਦੇਵਾਂਗੀ, ਔਰ ਅੱਜ ਦੀ ਡੇਟ 'ਚ ਕਿਸੇ ਦਾ ਫੋਨ ਨਹੀਂ ਚੁੱਕਦੀ ਪਈ। ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਕੋਰਟ ਜਾਣਾ ਟਾਈਮ ਦਿੱਤਾ ਜਾਂਦਾ, ਕਿਉਂ ਤੁਸੀਂ ਏਦਾਂ ਕੀਤਾ ਵਾ, ਸਾਨੂੰ ਕੋਰਟ 2 ਦਿਨ ਦੇ ਦਿੰਦੇ, ਸੋਮਵਾਰ ਤੱਕ ਸਾਡੀ ਕੋਰਟ ਦੇ ਵਿੱਚ ਪਟੀਸ਼ਨ ਪੈ ਜਾਣੀ ਸੀ ਸਾਡਾ ਪ੍ਰੋਸੈਸ, ਕਿਉਂਕਿ ਇਹ ਹੱਥ ਵਿੱਚ ਪਏ ਲੱਡੂ ਨਹੀਂ ਕਿ ਮਿੰਟ 'ਚ ਖਾ ਲਾਂਗੇ। ਕੋਰਟ ਦਾ ਜਿਹੜਾ ਹਾਈ ਕੋਰਟ ਜਦੋਂ ਜਾਂਦੀ ਕੋਈ ਚੀਜ਼, ਟਰਾਂਸਲੇਸ਼ਨ ਕਰਨੀਆਂ ਪੈਂਦੀਆਂ, ਰਜਿਸਟਰੀਆਂ ਲੈਣੀਆਂ ਪੈਂਦੀਆਂ, ਐਫੀਡੈਵਿਟ ਹੁੰਦੇ ਆ, ਸਾਰਾ ਕੰਮ ਇਹਨਾਂ ਨੇ ਸਾਨੂੰ 2 ਦਿਨ ਦਾ ਮੌਕਾ ਵੀ ਨਹੀਂ ਦਿੱਤਾ ਚੇਅਰਮੈਨ ਸਾਹਿਬ ਨੇ ਕਿ 2 ਦਿਨ ਦਾ ਮੌਕਾ ਦੇ ਦਿਓ, 29 ਤਰੀਕ ਹੈ, 22 ਤਰੀਕ ਨੂੰ ਤੁਸੀਂ ਤੋੜ ਲਿਓ, ਅਗੇ 23 ਨੂੰ ਤੋੜ ਲਿਓ, ਸਾਨੂੰ ਸਿਰਫ ਸੋਮਵਾਰ ਤੱਕ ਟਾਈਮ ਦਿੱਤਾ, ਸੋਮਵਾਰ ਤੁਹਾਨੂੰ ਕੁਛ ਲਿਆ ਕੇ ਫੜਾ ਦਾਂਗੇ, ਅਸੀਂ ਪਾਰਟੀ ਬਣ ਜਾਵਾਂਗੇ, ਪਰ ਇਹਨਾਂ ਨੇ ਸਾਡੀ ਨਹੀਂ ਸੁਣੀ। ਅਸੀਂ ਹਜੇ ਵੀ ਕੋਰਟ 'ਚ ਜਾ ਰਹੇ ਹਾਂ ਜੀ, ਅਸੀਂ ਆਪਣਾ ਤਾਂ ਉੱਥੇ ਪ੍ਰੋਸੈਸ ਚਾਲੂ ਕੀਤਾ ਹੀ ਆ ਹਾਈ ਕੋਰਟ ਦੇ ਵਿੱਚ, ਅਸੀਂ ਕਾਨੂੰਨੀ ਲੜਾਈ ਲੜਾਂਗੇ। ਮੈਂ ਰਕੇਸ਼ ਗਰਗ, ਨਿਗਰਾਨ ਇੰਜੀਨੀਅਰ ਜੀ, ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਤੋਂ। ਇਹ ਜਿਹੜੀ COCP ਸੀਗੀ ਓਨੇਵਲ ਹਾਈ ਕੋਰਟ ਦੇ ਵਿੱਚ 26/80/2022, ਉਹਦੇ ਵਿੱਚ ਆਰਡਰ ਕੀਤਾ ਹੈਗਾ ਓਨੇਵਲ ਕੋਰਟ ਨੇ ਕਿ ਅਸੀਂ ਜਿੰਨੀਆਂ ਵੀ ਰੋਡ ਵਰਮ ਦੇ ਉੱਤੇ ਪਬਲਿਕ ਲੈਂਡ 'ਤੇ ਇੰਕਰੋਚਮੈਂਟਸ ਨੇ,
ਅਸੀਂ 29-7 ਤੋਂ ਪਹਿਲਾਂ ਰਿਮੂਵ ਕਰਕੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਐਂਡ ਚੇਅਰਮੈਨ ਇੰਪਰੂਵਮੈਂਟ ਟਰੱਸਟ, ਐਗਜ਼ੈਕਟਿਵ ਅਫਸਰ ਇੰਪਰੂਵਮੈਂਟ ਟਰੱਸਟ ਐਂਡ ਮੈਨੂੰ ਅਸੀਂ ਆਪਣੀ ਐਫੀਡੈਵਿਟ ਦੀ ਸ਼ੇਪ 'ਚ ਰਿਪੋਰਟ ਸਬਮਿਟ ਕਰਨੀ ਹੈ, ਉਹ ਕਾਰਵਾਈ ਅੱਜ ਅਸੀਂ ਕਰ ਰਹੇ ਹਾਂ। ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਵੀ ਇਹਦੇ ਵਿੱਚ ਫਾਇਰ ਡਿਪਾਰਟਮੈਂਟ ਤੋਂ, ਕਾਰਪੋਰੇਸ਼ਨ ਤੋਂ ਫਾਇਰ ਟੈਂਡਰ ਲਏ ਨੇ ਅਤੇ ਅਸੀਂ ਸਿਵਲ ਸਰਜਨ ਉਹਨਾਂ ਤੋਂ ਅਸੀਂ ਐਂਬੂਲੈਂਸ ਵਗੈਰਾ ਵੀ ਅਸੀਂ ਕੀਤੀ ਹੈ ਗੁਜਰਾਤ ਗੈਸ ਤੋਂ ਅਤੇ PSPCL ਤੋਂ, ਪੰਜਾਬ ਪੁਲਿਸ ਦਾ ਜਿਹੜੀ ਪੁਲਿਸ ਫੋਰਸ ਹੈ ਦੈਟ ਇਜ਼ ਫਾਰ ਦਾ ਅਮਨ ਸ਼ਾਂਤੀ ਵਾਸਤੇ, ਉਹ ਸਾਰੇ ਅਸੀਂ ਉਹ ਕੀਤਾ ਹੋਇਆ। ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਸਰ, ਔਰ ਕਿਉਂਕਿ ਇਹੋ ਜਿਹੇ ਕੰਮਾਂ ਦੇ ਵਿੱਚ ਕਾਫੀ ਪ੍ਰੋਟੈਸਟ ਦਾ ਵੀ ਸਾਹਮਣਾ ਕਈ ਵਾਰੀ ਕਰਨਾ? ਕੁਝ ਲੋਕ ਹੈਗੇ ਨੇ ਜਿਹੜੇ ਲੋਕ ਵੇਗਨ ਪਾ ਰਹੇ ਨੇ, ਅਸੀਂ ਉਹਨਾਂ ਦਾ ਨੋਟ ਕੀਤਾ ਹੈਗਾ ਅਤੇ ਉਹਨਾਂ ਦਾ ਅਸੀਂ ਵੱਖਰੇ ਤੌਰ 'ਤੇ ਦੇਵਾਂਗੇ ਜੇ ਸਾਨੂੰ ਕੋਈ ਸਟ੍ਰਿਕਟ ਕਰੇਗਾ, ਬਟ ਅਦਰਵਾਈਜ਼ ਇਸ ਟਾਈਮ ਰਾਈਟ ਨਾਓ ਇਟ ਇਜ਼ ਰਨਿੰਗ ਸਮੂਥਲੀ, ਕਿਉਂਕਿ ਅਸੀਂ ਆਰਾਮ ਨਾਲ ਕਰ ਰਹੇ ਹਾਂ, ਅਸੀਂ ਨੁਕਸਾਨ ਨਹੀਂ ਉਹਨਾਂ ਦਾ ਜਿਹੜਾ ਹੈਗਾ ਉਹ ਕਰਨ ਵਾਸਤੇ ਹੈਗੇ, ਅਸੀਂ ਆਰਡਰ ਦਾ ਕੋਰਟ ਦੇ ਆਰਡਰ ਦਾ ਕੰਪਲਾਈਂਸ ਕਰਨਾ, ਦੈਟ ਇਜ਼ ਵਾਟ ਵੀ ਆਰ ਪ੍ਰੀਸਾਈਜ਼ਲੀ। ਸਰ ਅਸੀਂ ਕਿਹੜੇ ਜਿਹੜੇ ਡਿਮੋਲਿਸ਼ ਕਰ ਰਹੇ ਹਾਂ, ਕਿਹੜੇ ਕਿਹੜੇ ਮਤਲਬ ਆਰਡਰ ਦੇ ਮੁਤਾਬਕ ਹੈਗਾ ਵੈਸੇ ਜਿਹੜਾ ਸੜਕ ਤੇ ਇਨਫੋਰਸਮੈਂਟ ਹੈ, ਹਾਂ ਹਾਂ, ਲੇਕਿਨ ਜਿਹੜਾ ਗ੍ਰੀਨ ਬੈਲਟ ਦੇ ਉੱਤੇ ਨੇ ਪੱਕੀ ਬਣਾਈ ਹੈ ਜਾਂ ਗ੍ਰਿਲਸ ਵਗੈਰਾ ਜਿਹੜਾ ਨੇ ਆਹ ਰਿਮੂਵ ਕਰਨੀ ਹੈ, ਬਸ ਜਿਹੜਾ ਐਨੀ ਕੰਸਟਰਕਸ਼ਨ ਔਨ ਦਾ ਰੋਡ ਵਰਨ ਇਸ ਟੂ ਬੀ ਰਿਮੂਵਡ। ਠੀਕ ਹੈ ਜੀ। ਤੇ ਇੱਥੇ ਤਕਰੀਬਨ ਇਸ ਲਈ ਨਹੀਂ ਹੈਗਾ, ਚਲੋ 3000 ਤੇ ਹੋਏਗਾ ਜੀ, ਨਹੀਂ ਇੰਨਾ ਵੀ ਨਹੀਂ ਹੈਗਾ। ਸਰ ਤੁਸੀਂ ਕਿੰਨਾ ਕੁ ਕਰਦਾ? ਮਤਲਬ ਜਿੰਨੇ ਵੀ ਨੇ, ਬਸ ਸਾਰੇ ਦੀ ਜਿਸ ਕਿਸੇ ਦੇ ਵੀ ਇਨਕਰੋਚਮੈਂਟ ਅਸੀਂ ਰਿਮੂਵ ਕਰਕੇ 29-7 ਤੋਂ ਪਹਿਲਾਂ ਰਿਪੋਰਟ ਸਬਮਿਟ ਕਰਨੀ। ਮਤਲਬ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਾਰਵਾਈ ਚੱਲਦਾ ਰਹੇਗਾ ਜੀ।